ਤੇ ਮੈਂ ਅੱਜ ਤੁਹਾਨੂੰ ਦੱਸੂਗਾ ਵੀ ਇਹ ਦੋਨੇ ਡਬਲ ਇੰਡੀਕੇਟਰ ਕਿਵੇਂ ਕਰੀਦੇ ਆ, ਬੈਕ ਵਾਲੇ ਵੀ ਨਾਲ ਹੀ ਹੋਣਗੇ, ਆ ਵੀ ਦੋਨੇ ਨਾਲ ਹੀ ਹੋਣਗੇ ਡਬਲ ਇੰਡੀਕੇਟਰ। ਹੁਣ ਮੈਂ ਤੁਹਾਨੂੰ ਪਹਿਲੇ ਸਭ ਤੋਂ ਪਹਿਲਾਂ ਪਾਹਾ ਖੋਲਾਂਗੇ, ਇੱਕ ਨਟੇ ਦਾ ਇੱਥੇ ਹੋਊਗਾ, ਇੱਕ ਇੱਥੇ ਹੋਊਗਾ, ਇੱਕ ਨਟੇ ਦਾ ਇੱਥੇ ਹੋਊਗਾ ਅਤੇ ਇੱਕ ਇੱਥੇ ਹੋਊਗਾ, ਠੀਕ ਹੈ। ਆ ਫਿਰ ਆਪਾਂ ਖੋਲ ਲੈਂਦੇ ਹਾਂ, ਮੈਂ ਤੁਹਾਨੂੰ ਖੋਲ ਕੇ ਮਿਲਦਾ। ਇਹਨਾਂ ਦਾ ਇੱਕ ਮੇਨ ਨਟ ਇੱਥੇ ਹੋਊਗਾ, ਇਹ ਮੈਂ ਦੱਸਣਾ ਭੁੱਲ ਗਏਗਾ। ਇਹ ਆਪਾਂ ਖੋਲ ਲਿਆ ਅਤੇ ਹੁਣ ਆਪਾਂ ਇਹਨੂੰ ਬਸ ਉਸ ਤਰ੍ਹਾਂ ਉਤਾਰ ਲੈਣਾ, ਇਹਦੇ ਸਾਰੇ ਪਲੱਗ ਖੁੱਲ੍ਹ ਗਏ ਅਤੇ ਇਹਨੂੰ ਆਪਾਂ ਉਤਾਰਨਾ ਨੀਗਾ। ਇਹਦੇ ਬਸ ਆਪਾਂ ਇੱਕ ਰੈੱਡ ਵਾਲਾ ਖੋਲ੍ਹਣਾ ਅਤੇ ਇੱਕ ਵਾਈਟ ਵਾਲਾ ਪਲੱਗ ਖੋਲ੍ਹ ਲੈਣਾ, ਦੋਨੇ ਇੰਡੀਕੇਟਰਾਂ ਦੇ ਪਲੱਗ ਆ। ਇਹ ਦੋਨੇ ਖੋਲ੍ਹ ਕੇ ਆ ਦੇਖੋ, ਥੋੜ੍ਹਾ ਜਿਹਾ ਢਿੱਲਾ ਆ ਉਹ ਤਾਂ ਹੋ ਜਾਏਗਾ, ਅਤੇ ਇਹ ਫਿਰ ਆਪਾਂ ਹੁਣ ਉਤਾਰਨਾ ਨੀਗਾ। ਇਹ ਨਾ ਐਕਚੁਲੀ ਇਹ ਉੱਥੇ ਆ, ਇਹਨੂੰ ਲਗਾ ਦਿੰਦੇ ਹਾਂ। ਇਹ ਦੋਨੇ ਪਲੱਗ ਖੋਲ੍ਹ ਲੈਣੇ ਆ, ਇਹ ਅਤੇ ਇਹ, ਇਹ ਇੱਕ ਖੋਲ੍ਹ ਲੈਣਾ ਵਾਈਟ ਆ ਅਤੇ ਇਹ ਇੱਕ ਰੈੱਡ ਆ, ਠੀਕ ਹੈ। ਅਤੇ ਇਹਦੀਆਂ ਨਾ ਹੁਣ ਆਪਾਂ ਇੱਕ ਲੈਣੀ ਆ ਇਸ ਤਰ੍ਹਾਂ ਦੀ, ਇੱਕ ਮੀਟਰ ਅੱਧੇ ਮੀਟਰ ਦੀ ਵਾਇਰ। ਇਹ ਮੋਟੀ ਵਾਇਰ ਆ ਅਤੇ ਮੈਂ ਇਹਦੇ ਅੱਗੇ ਨਾ ਆ ਦੇਖੋ ਪਤਲੀ ਵਾਇਰ ਲਗਾ ਲਈ ਕਿਉਂਕਿ ਇੰਡੀਕੇਟਰ ਦੇ ਅੰਦਰ ਜਾਏਗੀ। ਇੱਧਰਲੀ ਸਾਈਡ 'ਤੇ ਵੀ ਮੈਂ ਸੇਮ ਹੀ ਕੀਤਾ ਹੈ। ਅਤੇ ਨਾ ਦੇਖੋ ਆਪਾਂ ਇਹਦੀ ਆਪਾਂ ਔਰੇਂਜ ਵਾਲੀ ਵਾਇਰ ਆ ਨਾ, ਆ ਦੇਖੋ ਇੱਧਰ ਔਰੇਂਜ ਵਾਲੀ 'ਚ ਪਾਉਣਾ, ਮਤਲਬ ਵੀ ਇੱਧਰਲੀ ਅਤੇ ਔਰੇਂਜ ਵਾਲੇ 'ਚ ਦੇਖੋ ਇਹਦੇ ਔਰੇਂਜ ਦੇ ਅੰਦਰ ਇਸ ਨੂੰ ਪਾਉਣਾ ਗਾ ਇਸ ਤਰ੍ਹਾਂ। ਇਸ ਨੂੰ ਇਸ ਤਰ੍ਹਾਂ ਔਰੇਂਜ ਵਾਲੀ ਦੇ ਅੰਦਰ ਪਾ ਕੇ ਅਤੇ ਉੱਤੋਂ ਦੀ ਆ ਕੈਪ ਲਾ ਦੇਣਾ ਅਤੇ ਮੈਂ ਇਹਦੇ 2 ਮਿੰਟ ਵੀ ਮੈਂ ਲਾਉਂਦਾ। ਗਾਈਸ ਇੱਧਰਲੇ ਦੀ ਔਰੇਂਜ ਵਾਲੀ ਅਤੇ ਇੱਧਰਲੇ ਪਲੱਗ ਦੀ ਆ ਦੇਖੋ ਬਲੂ ਵਾਲੀ, ਆ ਮਤਲਬ ਵੀ ਇਸ ਦੀ ਬਲੂ ਵਾਲੀ 'ਚ ਇਸ ਸਾਈਡ ਵਾਲੀ 'ਚ, ਇਸ ਸਾਈਡ ਵਾਲੀ 'ਚ ਆਪਾਂ ਦੋਨੇ ਵਾਇਰਸ ਪਾ ਦਿੰਦੇ ਹਾਂ। ਅਤੇ ਨਾ ਮੈਂ 2 ਮਿੰਟ ਪਹਿਲਾਂ ਨਾ ਇਸ ਦੇ ਅੰਦਰ ਵਾਇਰ ਪਾਉਂਦਾ ਅਤੇ ਨਾ ਆਹ ਦੇਖੋ ਇਹ ਆਉਂਦੀ ਪਈ ਆ ਬਲੈਕ ਵਾਇਰ ਜਿਹੜੀ ਆਪਾਂ ਪਈ ਆ, ਇਹ ਆਪਾਂ ਇਸ ਦੇ ਨਾਲ ਪਾਈ ਆ ਔਰੇਂਜ ਵਾਲੀ ਵਾਇਰ। ਅਤੇ ਹੁਣ ਆਪਾਂ ਇਸ ਤਰ੍ਹਾਂ ਸੇਮ ਪ੍ਰੋਸੈਸ ਦੇਖੋ, ਹੁਣ ਨਾ ਮੈਂ ਇੱਕ ਵਾਰੀ ਨਾ ਆ ਸਵਿੱਚ ਔਨ ਕਰਕੇ ਉਸ ਸਾਈਡ ਵਾਲਾ ਦੇਖੋ ਮੈਂ ਇੰਡੀਕੇਟਰ ਔਨ ਕਰਤਾ ਅਤੇ ਨਾ ਹੁਣ ਮੈਂ ਫਿਰ ਤੋਂ ਹੁਣ ਮੈਂ ਇਸ ਸਾਈਡ ਵਾਲਾ ਔਨ ਕਰਦਾ ਤਾਂ ਦੇਖੋ ਕਿੰਨਾ ਤੇਜ਼ ਨਹੀਂ ਹੁੰਦਾ ਕਿਉਂਕਿ ਇਹ ਉੱਧਰ ਜ਼ਿਆਦਾ ਕਰੰਟ ਆ। ਅਤੇ ਇਹ ਆਪਾਂ ਔਨ ਰੱਖ ਕੇ ਨਾ ਅਤੇ ਆਪਾਂ ਆਲੀ ਵਾਇਰ ਆ ਦੇਖੋ ਦੇਖੋ ਹੋਇਆ ਨਾ ਸ਼ੋਰਟ ਸਰਕਿਟ ਥੋੜ੍ਹਾ ਜਿਹਾ, ਇਹ ਮਤਲਬ ਵੀ ਆਪਾਂ ਰੋਂਗ ਪਾਉਂਦੇ ਪਏ ਹਾਂ ਤਾਂ ਆਪਾਂ ਹੁਣ ਬਲੂ ਵਾਲੀ ਦੇ ਅੰਦਰ ਪਾਵਾਂਗੇ ਤਾਂ ਇਹ ਚੱਲ ਪਊਗੀ। ਦੇਖਿਓ ਇਹ ਮੈਂ ਪਾਊਂਗਾ ਬਲੂ ਵਾਲੀ ਦੇ ਅੰਦਰ, ਇਹ ਹੁਣ ਚੱਜਣਾ ਨਹੀਂ ਪਈ 2 ਮਿੰਟ, ਇਹ ਨਾ ਆਪਾਂ ਬਲੂ ਵਾਲੀ ਦੇ ਅੰਦਰ ਪਾਉਂਦੇ ਹਾਂ। ਆਹ ਦੇਖੋ ਇਹ ਮੈਂ ਜਿਵੇਂ ਇਹਦੇ ਅੰਦਰ ਪਾਈ ਨਾ, ਆਹ ਦੇਖੋ ਇੱਥੇ ਦੋਨੇ ਇੰਡੀਕੇਟਰ ਔਨ ਹੋ ਗਏ। ਅਤੇ ਹੁਣ ਆਪਾਂ ਬਸ ਇਸ ਨੂੰ ਇਹਦੇ ਅੰਦਰ ਪਾ ਕੇ ਇਹਦੇ ਉੱਤੇ ਆਪਾਂ ਇੱਕ ਪਹਿਲਾਂ ਕੈਪ ਚੜ੍ਹਾ ਦੇਣਾ, ਆਲਾ ਕੈਪ ਇਹਦੇ ਉੱਤੇ ਚੜ੍ਹਾ ਦਿੰਦੇ ਹਾਂ। ਅਤੇ ਗਾਈਸ ਦੇਖੋ ਇਹ ਮੈਂ ਦੋਨੇ ਪਲੱਗ ਲਾਤੇ, ਇੱਧਰ ਲਾ ਅਤੇ ਇੱਧਰ ਲਾ, ਅਤੇ ਦੇਖੋ ਦੋਨੇ ਇੰਡੀਕੇਟਰ ਔਨ ਹੋ ਗਏ। ਅਤੇ ਮੈਂ ਤੁਹਾਨੂੰ ਬੈਕ ਵਾਲੇ ਦਿਖਾਉਣਾ, ਦੇਖੋ ਬੈਕ ਵਾਲੇ ਵੀ ਦੋਨੇ ਔਨ ਹੋ ਗਏ। ਮੈਂ 2 ਮਿੰਟ ਤੁਹਾਨੂੰ ਦੇਖੋ ਬੈਕ ਵਾਲੇ ਵੀ ਦੋਨੇ ਔਨ ਆ ਅਤੇ ਫਰੰਟ ਵਾਲੇ ਵੀ ਦੋਨੋਂ ਔਨ ਹੋ ਗਏ। ਅਤੇ ਗਾਈਸ ਜੇ ਤੁਸੀਂ
ਚਾਹੋ ਤਾਂ ਨਾ ਇਹਨਾਂ ਦੇ ਵਿਚਾਲੇ ਇਸ ਵਾਇਰ ਦੇ ਵਿਚਾਲੇ ਨਾ ਜੁਇੰਟ ਇਸ ਵਾਇਰ ਦੇ ਵਿਚਾਲੇ ਇੱਕ ਸੁੱਚ ਲਾ ਸਕਦੇ ਹੋ ਉੱਥੇ ਅਤੇ ਫਿਰ ਇਹ ਤੁਹਾਡੀ ਮਰਜ਼ੀ ਹੈ ਤੁਸੀਂ ਸਿੰਗਲ ਚਲਾਉਣਾ ਸਿੰਗਲ ਵੀ ਚਲਾ ਸਕਦੇ ਹੋ ਡਬਲ ਚਲਾਉਣਾ ਡਬਲ ਵੀ ਚਲਾ ਸਕਦੇ ਹੋ ਆਹ ਦੇਖੋ ਹੁਣ ਮੈਂ ਇਸ ਸਾਈਡ ਵਾਲਾ ਚਲਾਉਂਗਾ ਹੁਣ ਮੈਂ ਇਸ ਸਾਈਡ ਵਾਲਾ ਕਰਤਾ ਤਾਂ ਵੀ ਦੋਨੇ ਆ ਇਸ ਸਾਈਡ ਵਾਲਾ ਕਰਤਾ ਤਾਂ ਵੀ ਦੋਨੇ ਆ ਇਹ ਤੁਹਾਡੀ ਮਰਜ਼ੀ ਆ ਜਿਸ ਸਾਈਡ ਵਾਲਾ ਮਰਜ਼ੀ ਵਿੱਚ ਮੈਂ ਇਸਨੂੰ ਔਫ ਕਰਤਾ ਤਾਂ ਔਫ ਦੋਨੇ ਹੋਣਗੇ ਜੇ ਇੱਕ ਔਨ ਕਰਤਾ ਦੋਨੇ ਔਨ ਹੋਣਗੇ ਅਤੇ ਕਹੀ ਜੇ ਤੁਸੀਂ ਰੋਂਗ ਪਾਉਂਗੇ ਨਾ ਤਾਂ ਤੁਹਾਡੇ ਇੱਕ ਵਾਰੀ ਵਾਸਤੇ ਚੱਲਣੇ ਬੰਦ ਹੋ ਜਾਣਗੇ ਫਿਰ ਤੁਸੀਂ ਸਵਿੱਚ ਔਨ ਔਫ ਕਰਕੇ ਚਲਾਉਣੇ ਆ ਫਿਰ ਇੱਕ ਫਿਰ ਤੋਂ ਚੱਲ ਪੈਣੇ ਆ ਅਤੇ ਨਾ ਇਹਨਾਂ ਦੇ ਉੱਤੇ ਤੁਸੀਂ ਚੱਜ ਨਾਲ ਟੇਪਿੰਗ ਕਰ ਲਿਓ ਦੋਨਾਂ ਦੇ ਉੱਤੇ ਅਤੇ ਹੁਣ ਮੈਂ ਤਾਂ ਟੇਪਿੰਗ ਬਾਅਦ 'ਚ ਹੀ ਕਰੂੰਗਾ ਅਤੇ ਨਾ ਹੁਣ ਆਪਾਂ ਇਸ ਨੂੰ ਇਸ ਤਰ੍ਹਾਂ ਫਿਰ ਤੋਂ ਲਗਾ ਦਿੰਦੇ ਹਾਂ ਇਸ ਦੇ ਨਾ ਟੋਟਲ 5 ਨਟਸ ਹੁੰਦੇ ਆ ਇਹ ਤੁਸੀਂ ਕੱਸ ਲੈਣਾ ਯਾਦ ਨਾ ਇੱਕ ਇੱਥੇ ਦੋ ਇੱਥੇ ਅਤੇ ਇੱਕ ਇੱਥੇ ਹੁੰਦਾ ਅਤੇ ਅੱਜ ਦੀ ਵੀਡੀਓ ਇੱਥੇ ਤੱਕ ਹੀ ਸੀਗੀ ਥੈਂਕ ਯੂ ਫੋਰ ਵਾਚਿੰਗ ਟਿਲ ਐਂਡ